केपीडी न्यूज, हक सच और इंसाफ की आवाज। केपीडी न्यूज, हक सच और इंसाफ की आवाज। ਜਲੰਧਰ ਦੇ ਜੋਤੀ ਚੌਂਕ ਨਜ਼ਦੀਕ ਖਾਲੀ ਪਲਾਟ ਵਿੱਚ ਦਰਖਤ 'ਤੇ ਇੱਕ ਜ਼ਖਮੀ ਇੱਲ ਫਸਿਆ ਹੋਣ ਦੀ ਸੂਚਨਾ ਮਿਲਣ 'ਤੇ ਫਾਇਰ ਬ੍ਰਿਗੇਡ ਦੀ ਮਦਦ ਨਾਲ ਉਸ ਨੂੰ ਬਚਾਇਆ ਗਿਆ। ਜਾਣਕਾਰੀ ਦਿੰਦੇ ਹੋਏ ਪ੍ਰਦੀਪ ਕੁਮਾਰ ਸ਼ਰਮਾ ਨੇ ਦੱਸਿਆ ਕਿ ਸਾਨੂੰ ਫੋਨ 'ਤੇ ਕਿਸੇ ਨੇ ਸੂਚਨਾ ਦਿੱਤੀ ਕਿ ਜੋਤੀ ਚੌਂਕ ਨੇੜੇ ਖਾਲੀ ਪਲਾਟ ਵਿੱਚ ਇੱਕ ਦਰਖਤ ਉੱਤੇ ਇੱਕ ਜ਼ਖਮੀ ਇੱਲ ਫਸਿਆ ਹੋਇਆ ਹੈ, ਜਿਸ 'ਤੇ ਫਾਇਰ ਬ੍ਰਿਗੇਡ ਦੀ ਸਹਾਇਤਾ ਦੇ ਨਾਲ ਉਸ ਨੂੰ ਬਚਾਇਆ ਗਿਆ। ਉਹਨਾਂ ਕਿਹਾ ਕਿ ਇੱਲ ਕਾਫੀ ਜ਼ਖਮੀ ਹੈ, ਜਿਸ ਲਈ ਇਸ ਨੂੰ ਇਲਾਜ ਦੇ ਲਈ ਲਿਜਾਇਆ ਜਾਵੇਗਾ ਅਤੇ ਠੀਕ ਹੋਣ ਤੋਂ ਬਾਅਦ ਇਸ ਨੂੰ ਆਜ਼ਾਦ ਕਰ ਦਿੱਤਾ ਜਾਵੇਗਾ। ਜਲੰਧਰ ਤੋਂ ਰਵੀ ਗਿੱਲ ਅਤੇ ਸਾਹਿਲ ਮਲਹੋਤਰਾ ਦੀ ਰਿਪੋਰਟ। ਕੀ ਮਾਮਲਾ ਸੀ ਸਰ? ਵਨ ਵਿਭਾਗ ਤੋਂ ਆਇਆ, ਪ੍ਰਦੀਪ ਕੁਮਾਰ ਸ਼ਰਮਾ ਮੇਰਾ ਨਾਮ ਆ ਸਰ। ਸਰ, ਥੋੜ੍ਹੀ ਦੇਰ ਪਹਿਲਾਂ ਕਾਲ ਆਈ ਸੀਗੀ ਕਿ ਇੱਥੇ ਆਪਣੇ ਜੋਤੀ ਚੌਂਕ ਦੇ ਕੋਲ ਖਾਲੀ ਪਲਾਟ ਹੈਗਾ, ਉੱਥੇ ਚੀਲ ਫਸੀ ਹੋਈ ਹੈ। ਅਸੀਂ ਇੱਥੇ ਆਏ, ਆ ਕੇ ਫਾਇਰ ਬ੍ਰਿਗੇਡ ਵਾਲਿਆਂ ਨੂੰ ਫੋਨ ਕੀਤਾ, ਉਹਨਾਂ ਦੀ ਮਦਦ ਦੇ ਨਾਲ ਬਾਈ ਨੂੰ ਬਚਾਇਆ ਅਤੇ ਹੁਣ ਇਸ ਨੂੰ ਟ੍ਰੀਟਮੈਂਟ ਵਾਸਤੇ ਲੈ ਕੇ ਜਾਣਾ ਪਏਗਾ। ਉਸ ਤੋਂ ਬਾਅਦ ਸੋਵਰ ਨੂੰ ਆਜ਼ਾਦ ਕਰ ਦਿੱਤਾ ਜਾਏਗਾ। ਠੀਕ ਹੈ ਸਰ, ਥੈਂਕ ਯੂ। ਕਾਲ ਆਈ, ਇੱਕ ਜਾਨਵਰ ਫਸਿਆ ਸਵੇਰ ਦੇ ਉੱਤੇ ਜੋਤੀ ਚੌਂਕ, ਆਇਆ ਗੱਡੀ ਲੈ ਕੇ, ਉੱਪਰ ਇਹ ਨਹੀਂ ਫਸੀ ਸਵੇਰ ਦੇ ਉੱਤੇ, ਆ ਕੇ ਕੱਢੀ ਇਹਨੂੰ, ਹੁਣ ਇਹਨੂੰ ਠੀਕ ਹੈ। ਵਨ ਵਿਭਾਗ ਵਾਲੇ ਲੋਕਾਂ ਨੂੰ ਆਏ ਆ, ਉਹਨਾਂ ਦੇ ਹੈਂਡਓਵਰ ਕਰ ਦਿੱਤੀ ਅਤੇ ਹੁਣ ਐਨੀਮਲ ਦੇ ਹਸਪਤਾਲ 'ਚ ਇਹਨੂੰ ਦੱਸ। ਅਤੇ ਉਹ ਕਿੰਨਾ ਕੁ ਟਾਈਮ ਲੱਗਿਆ ਆਪਣਾ ਹਟਾਉਣ ਦੇ? ਕਿੰਨੀ ਪਾਣੀ ਗੱਡੀਆਂ ਲੱਗੀਆਂ? ਪਾਣੀ ਇੱਕ ਗੱਡੀ ਲੱਗੀ, 15 ਮਿੰਟ ਲੱਗ ਗਏ। देश विदेश और अपने शहर की लोकल खबर के लिए हमारे चैनल को सब्सक्राइब जरूर करें और घंटी के बटन को जरूर दबाएं। आपका मनपसंद न्यूज चैनल केपीडी न्यूज, हक सच और इंसाफ की आवाज़ आपको रखे सबसे आगे।